ਮਜ਼ਾ ਆਉਂਦਾ ਮੈਨੂੰ ਤਾਂ ਬਹੁਤ ਸਵਾਦ ਆਉਂਦਾ ਜਦੋਂ ਨਾ ਇੱਦਾਂ ਗੱਲ ਹੁੰਦੀ ਹੈ ਮੇਰਾ ਤਾਂ ਮਨ ਜਿਹੜਾ ਹੱਟਦਾ ਨਹੀਂ ਕਹਿਣ ਮੈਂ ਕਹਿੰਦਾ ਲੱਗੇ ਰਹੀ ਜਿੰਨਾ ਕੁ ਸਾਨੂੰ ਪਤਾ ਜਿੰਨਾ ਕੁ ਸਾਨੂੰ ਆਉਂਦਾ ਉਹਦੇ ਮੁਤਾਬਕ ਚੱਲੇ ਰਹੀ ਸੋ ਮੇਰਾ ਕਹਿਣ ਦਾ ਭਾਵ ਹੈ ਵੀ ਵੀਹ ਗਿਆਨੀ ਜਿਹੜੇ ਇਹ ਜ਼ਰੂਰ ਜ਼ਿੰਮੇਵਾਰ ਹੈ ਜਦੋਂ ਇਹ ਅਣਗਹਿਲੀ ਕਰਦੇ ਹਨ ਅਣਜਾਣ ਬੰਦਾ ਅਣਗਹਿਲੀ ਕਰ ਜਾਵੇ ਕੋਈ ਗੱਲ ਉਹੀ ਗਿਆਨੀਆਂ ਨੂੰ ਅਣਗਹਿਲੀ ਨਹੀਂ ਕਰਨੀ ਚਾਹੀਦੀ ਉਹਨਾਂ ਨੂੰ ਗੁਰੂ ਅਰਦਾਸ ਜੀ ਕਹਿਣਾ ਚਾਹੀਦਾ ਕਿਉਂਕਿ ਗੁਰੂ ਅਰਦਾਸ ਜੀ ਉਹਨਾਂ ਦੇ ਗੁਰਬਾਣੀ ਹੈ ਗੁਰਬਾਣੀ ਹੈ ਗੁਰੂ ਅਰਦਾਸ ਜੀ ਗੁਰਬਾਣੀ ਸਰੂਪ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੈ ਟਾਈਟਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਹੈਡਿੰਗ ਉਹਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਅਤੇ ਜੇ ਗੁਰੂ ਗ੍ਰੰਥ ਸਾਹਿਬ ਹੈਡਿੰਗ ਦਾ ਟਾਈਟਲ ਹੈ ਗੁਰਬਾਣੀ ਉਹਨਾਂ ਦੀ ਗੁਰੂ ਹੈ ਤਾਂ ਜਿਹੜਾ ਗੁਰੀ ਗਿਆਨੀ ਬੋਲਣ ਵਾਲਾ ਚਾਹੇ ਅੰਮ੍ਰਿਤਧਾਰੀ ਹੈ ਚਾਹੇ ਨਹੀਂ ਅੰਮ੍ਰਿਤਧਾਰੀ ਉਹਨੂੰ ਇਹ ਗੱਲ ਜ਼ਰੂਰ ਕਹਿਣੀ ਚਾਹੀਦੀ ਸਭ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਇੰਝ ਬਿਆਨ ਕਰਦੇ ਇਹ ਗੱਲ ਬਿਲਕੁਲ ਕਹਿਣੀ ਚਾਹੀਦੀ ਹੈ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਜੇ ਉਹ ਜ਼ਿੰਮੇਵਾਰੀ ਤੋਂ ਭੱਜਦੇ ਆ ਤਾਂ ਉਹ ਸਵਾਰਥੀ ਹੈ ਉਹ ਸਾਨੂੰ ਲੁੱਟਣ ਹੋ ਗਿਆ ਮੈਂ ਸਿੱਧੀ ਗੱਲ ਕਹਿੰਦਾ ਜਿੱਦਾਂ ਨਾਦਰ ਸ਼ਾਹ ਬੁਰਾਦੀ ਆਉਂਦਾ ਸੀ ਉਹਦਾ ਸਮਾਂ ਅੱਜ ਵੀ ਲੁੱਟਣ ਹੋ ਗਿਆ ਇਸ ਵਾਸਤੇ ਕਮਜ਼ੋਰੀ ਆਪਣੀ ਵੀ ਕੱਢੋ ਸਾਰਿਆਂ ਦੀ ਕੱਢੋ ਪਰ ਲੇਕਿਨ ਕੱਢੋ ਇੱਦਾਂ ਨਹੀਂ ਜਿਹੜੀ ਹੋਵੇ ਗੁਰਮਤ ਦੇ ਅਧੀਨ ਜੇ ਤੇ ਕੋਈ ਕਹਿੰਦੂ ਪ੍ਰੰਤੂ ਨਾ ਕਰ ਸਕੇ ਇਹ ਗਲਤੀ ਆ ਉਹਨਾਂ ਲੋਕਾਂ ਦੀ ਜਿਹੜੇ ਇਹ ਨਹੀਂ ਕਰਦੇ ਆ ਉਹ ਕਹਿੰਦਾ ਵੀ ਤੂੰ ਹੈਗੀਆਂ ਜਿਹੜੀਆਂ ਬਹੁਤੀਆਂ ਸੱਚੀਆਂ ਕਰਾਂਗੇ ਟਾਈਮ ਬੁਰਾ ਲੱਗਣਾ ਪਰ ਮੇਰਾ ਹਮੇਸ਼ਾ ਜਿਹੜਾ ਸੀ ਮੈਂ ਸਦੋਂ ਬੱਚਾ ਨੂੰ ਅੱਜ ਉਹਨੂੰ ਸ਼ਰਧਾ ਦੇ ਫਰਕ ਪੇਟ ਕਰਨਾ ਮੇਰਾ ਮਨ ਵੀ ਕੁਛ ਖਰਾਬ ਹੋਇਆ ਕਿਉਂਕਿ ਲਗਾਤਾਰ ਮੇਰਾ ਹੱਥ ਪਤਾ ਨਹੀਂ ਕਿੰਨੇ ਕੁ ਦਿਨ ਹੋ ਗਏ ਤੁਰੇ ਜਾਂਦੇ ਉਹਦੇ ਵਿੱਚ ਮੈਂ ਜਿੱਦਣ ਪੰਚਕੂਲੇ ਆਪਣੇ ਨਾ ਕਰਾਇਆ ਸੈਮੀਨਾਰ ਪ੍ਰਧਾਨ ਜੀ ਬਿਮਾਰ ਹੋ ਗਏ ਇੰਗਲੈਂਡ ਜਾ ਕੇ ਤਰੀਕ ਬਣੀ ਉਸ ਸੀ ਉਹ ਰੱਖ ਲਏ ਮੇਰੇ ਯਕੀਨ ਕਰਿਓ ਮੇਰੇ ਕੋਲ ਪੇਪਰ ਪਏ ਮੈਂ ਆਪਣੇ ਗੱਲ ਪੁੱਛੀ ਇੱਕ ਅਸੀਂ ਕਿਸੇ ਨੂੰ ਵਿਸ਼ਾ ਦਿੱਤਾ ਵੀ ਕੀ ਗੁਰੂ ਰਵਿਦਾਸ ਜੀ ਨੇ ਕਿਉਂਕਿ ਪੀ ਐੱਚ ਡੀ ਕਿਹੜੇ ਕਰਦੇ ਆ ਉਹ ਸਰਕਾਰੀ ਫਾਇਦਾ ਵੀ ਲੈਂਦੇ ਹੈ ਸਰਕਾਰ ਤੋਂ ਵੀ ਫਾਇਦਾ ਲੈਂਦੇ ਹੈ ਲੋਕਾਂ ਤੋਂ ਵੀ ਬੈਨੀਫਿਟ ਲੈਂਦੇ ਹੈ ਉਹ ਸਤਿਕਾਰ ਜੋ ਹੁੰਦੇ ਹੈ ਪਰ ਲੇਕਿਨ ਜਦੋਂ ਮੈਂ ਇਹ ਗੱਲ ਕਹੀ ਵੀ ਤੁਸੀਂ ਸਾਨੂੰ ਇਹ ਸਬਜੈਕਟ ਦੇ ਉੱਤੇ ਬੋਲੋ ਵੀ ਕੀ ਗੁਰੂ ਰਵਿਦਾਸ ਜੀ ਨੇ ਜਿਉਂਦੇ ਜੀ ਆਪਣੇ ਕੋਲ ਧਰਮ ਚਲਾਇਆ ਕੀ ਉਹਨਾਂ ਨੇ ਕਿਸੇ ਧਰਮ ਦੀ ਸਥਾਪਨਾ ਕੀਤੀ ਹੈ ਕੀ ਉਹਨੇ ਅੰਤ ਨੂੰ ਉਪਦੇਸ਼ ਦੇਣ ਲੱਗਿਆ ਕਿਸੇ ਨੂੰ ਹੋਰ ਨੂੰ ਆਪਣਾ ਵਾਰਸ ਬਣਾਇਆ ਉਹ ਮੈਨੂੰ ਕਹਿੰਦੇ ਜੀ ਅਸੀਂ ਜੋੜਿਆ ਇਹ ਚੰਡੀਗੜ੍ਹ ਮੇਰੀ ਗੱਲ ਧਰਮਪਾਲ ਸਿੰਘ ਨਾਲ ਵੀ ਜੋੜੀ ਹੈ ਜਿੱਦਣ ਅਸੀਂ ਗਏ ਇੰਗਲੈਂਡ ਵੀ ਮੇਰੀ ਉਹਨਾਂ ਨਾਲ ਉਹ ਜਿਹੜੇ ਵਿਦਵਾਨ ਨੂੰ ਪੁੱਛੋ ਕਹਿੰਦਾ ਜੀ ਇਹ ਅਸੀਂ ਵਿਸ਼ਾ ਪੜ੍ਹਿਆ ਹੀ ਨਹੀਂ ਆ ਜੀ ਇਹ ਵਿਸ਼ਾ ਕਿੱਥੇ ਗਏ ਕਿਹਨੇ ਖਾ ਰਿਹਾ ਕਿਹਨੇ ਲਗੋ ਲਿਆ ਉਹ ਕੌਣ ਖਾ ਗਿਆ ਵਿਸ਼ੇ ਇੱਕ ਰਹਿਬਰ ਇਹ ਸਾਡੀ ਤ੍ਰਾਸਦੀ ਬਹੁਤ ਹੈ ਸਾਡੀ ਨੀਂਦ ਜਿਹੜੀ ਹੈ ਬਹੁਤ ਕਮਜ਼ੋਰ ਆ ਅਸੀਂ ਤਾਂ ਹੀ ਲੁੱਟੇ ਜਾ ਰਹੇ ਹਾਂ ਮਾਫ ਕਰਨਾ ਲੁੱਟੇ ਅਸੀਂ ਇਸੇ ਕਰਕੇ ਜਾ ਰਹੇ ਹਾਂ ਲੁੱਟੇ ਇੰਨੇ ਜਾ ਰਹੇ ਹਾਂ ਅੱਜ ਅਸੀਂ ਸਟਰੋਂਗ ਹੋਣ ਦੇ ਬਾਵਜੂਦ ਵੀ ਲੁੱਟੇ ਜਾ ਰਹੇ ਹਾਂ ਹੋਰ ਵੇਲੇ ਤਾਂ ਲੁੱਟਦੇ ਹੀ ਸੀ ਅੱਜ ਵੀ ਲੁੱਟੇ ਜਾ ਰਹੇ ਹਾਂ ਲੁੱਟਣ ਦਾ ਕਾਰਨ ਹੀ ਇਹ ਹੈ ਕਿ ਅਸੀਂ ਆਪਣੀ ਬਾਣੀਆਂ ਕਹਾਣੀਆਂ ਪੁੱਟ ਕਰੀਨ ਵਾਲੇ ਪਾਸੇ ਨਹੀਂ ਚੜ੍ਹਦੇ ਉਹਨਾਂ ਅਭਿਆਸਾਂ ਦਾ ਪਹਿਰਾ ਨਹੀਂ ਦਿੰਦੇ ਇਹ ਸਾਡੀ ਦੁਖਦਾਈ ਘਟਨਾ ਜ਼ਿੰਦਗੀ ਦੀ ਬਹੁਤ ਵੱਡੀ ਜੇ ਅੱਜ ਦੇ ਯੁੱਗ ਵਿੱਚ ਵੀ ਨਾ ਹੋਏ ਤਾਂ ਇੰਟਰਨੈਟ ਦੇ ਲੋਕ ਚੜ੍ਹੇ ਹੋ ਪੂਰੀ ਦੁਨੀਆ ਦੇਖਦੇ ਆ ਆਕਾਸ਼ ਵਿੱਚ ਲੋਕ ਚੰਦਰਮਾ ਤੇ ਮੰਗਲ ਦੇ ਕਿਤੇ ਨਹੀਂ ਕਿਤੇ ਹੁਣ ਤਾਂ ਸੂਰਜ ਨੂੰ ਫੜਨ ਨੂੰ ਫਿਰਦੇ ਆ ਪੱਲੇ ਅੱਜ ਵੀ ਨਾ ਸਾਡੀ ਸੁਣਾਈ ਹੋਈ ਜਾਂ ਅਸੀਂ ਕਿਸੇ ਨੂੰ ਕਹਿੰਦੇ ਵਿੱਚ ਨਾ ਆਏ ਜਾਂ ਸਾਡੀ ਕੋਈ ਨੀਂਹ ਮਜ਼ਬੂਤ ਨਾ ਹੋਈ ਤਾਂ ਮੇਰਾ ਖਿਆਲ ਆ ਵੀ ਕਿਤੇ ਪਰ ਨੂੰ ਆਊਗੀ ਫਿਰ ਕੋਈ ਬੱਚੇ ਕਿਤੇ ਸਾਡੇ ਛੋਟੇ ਛੋਟੇ ਰਹਿਣਗੇ ਉਹ ਮੰਮਾ ਕੋਈ ਕੁਛ ਕਿਤੇ ਕਰ ਲੈਣ ਤਾਂ ਕਰ ਲੈਣ ਮੈਂ ਕਹਿੰਦਾ ਤਾਂ ਭਾਈ ਸਾਡੀ ਤਾਂ ਇਹ ਮੈਂ ਸਮਝਦਾ ਵੀ ਜਾਂ ਬੇਵਸੀ ਲਾ ਲਓ ਜਾਂ ਅਣਗਹਿਲੀ ਜਾਂ ਸਾਡਾ ਜੋ ਮਰਜ਼ੀ ਲਾ ਲਓ ਜੇ ਅਸੀਂ ਅੱਜ ਵੀ ਨਹੀਂ ਕਰ ਸਕਦੇ ਕਰਨਾ ਚਾਹੀਦਾ ਸਾਰਿਆਂ ਦੀ ਜ਼ਿੰਮੇਵਾਰੀ ਸਾਰਿਆਂ ਸਾਡੀ ਵੀ ਤੁਹਾਡੀ ਵੀ ਸਾਰਿਆਂ ਦੀ ਜ਼ਿੰਮੇਵਾਰੀ ਇੱਕ ਦੀ ਜ਼ਿੰਮੇਵਾਰੀ ਨਹੀਂ ਹੈ ਕਿਉਂਕਿ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਦਰਗਾ ਦੀ ਜ਼ਮਾਨਾ ਕੇਵਲ ਸੁਣ ਤੱਕ ਸੀਮਤ ਨੇ ਜਦੋਂ ਸੁਣ ਕੇ ਮੰਜ਼ਿਲ ਮਿਲ ਜਾਏ ਮੰਜ਼ਿਲ ਤੇ ਚਲੇ ਜਾਵੇ ਸੁਣਨਾ ਪਿੱਛੇ ਰਹਿ ਜਾਂਦਾ ਸੁਣਨਾ ਕਰਮਕਾਂਡ ਇਹ ਵਿਸ਼ੇ ਤੇ ਬਹੁਤਾ ਆਪਾਂ ਨਾ ਚੱਲੀਏ ਬਾਬਾ ਸੰਤ ਬਾਬਾ ਚਰਨ ਦਾਸ ਮਹਾਰਾਜ ਨੂੰ ਇੱਕ ਸ਼ਬਦ ਕਹਿ ਕੇ ਇੱਕ ਪੰਕਤੀ ਕਹਿ ਕੇ ਕਿਉਂਕਿ ਮੈਂ ਵੀ ਜਾਣਾ ਪਿੰਡੂ ਵੀ ਸੀ ਬਹੁਤ ਪਿੱਛੇ ਆਪਣੀ ਤਿਆਰੀ ਕਰ ਲਈ ਮੈਂ ਪਹਿਲਾਂ ਅਰਜ ਕੀਤੀ ਤੁਹਾਨੂੰ ਅਤੇ ਇੱਕ ਆਪਾਂ ਨਾ ਇੱਥੇ ਹੋਰ ਕੇ ਗਏ ਆ ਗੁਰੂ ਪਿਆਰੇ ਮੰਗਲ ਜੀ ਜਿਹਨਾਂ ਨੇ ਗ੍ਰਾਂਟਾਂ ਅਨਾਊਂਸ ਕੀਤੀਆਂ ਦੇਖੋ ਇੱਕ ਬੰਦਾ ਮੁਲਾਜ਼ਮ ਲੱਗਦਾ ਉਹ ਅਫਸਰ ਬਣ ਕੇ ਰਿਟਾਇਰ ਆਉਂਦਾ ਜਾਂ ਉਹ ਸੀਨੀਅਰ ਬਣ ਕੇ ਰਿਟਾਇਰ ਆਉਂਦਾ ਜਾਂ ਉਹ ਨਾ ਸੀਨੀਅਰ ਬਣ ਕੇ ਆਉਂਦਾ
اور انہوں پتا کی کوش میں ہوں اے گل سن لو پھانڈوں کو وکری ملتی ہے پینشن وکری ملتی ہے تنخواہ آج کل بہت ہے چالی چالی پچاس پچاس ہزار تنخواہ ہے اور انہوں ساری جیڑی ڈاکٹری کا خرچہ ملتا ہے جو بیمار ہو گئے تو پھر مہنگائی بھتا بھی نال ملتا ہے مہنگائی بھتا بھی ملتا تو پھر وہ مان بھی کرتا کہ میں امکا افسر ریٹائر ہو گیا یہ جڑا سنت ہے پینتی سال گردوارے سیوا کرنے والا سو سال پیڑھی در پیڑھی دو چار سو سال سیوا کرنے والے ہے انہاں نوں کی بینیفٹ ہڑامبے ہڑامبے کوئی فنڈ نہیں کوئی تنخواہ نہیں کوئی کچھ نہیں کوئی مہنگائی بھتا نہیں کوئی ڈاکٹری سہایتا نہیں تو مگر ہوتا کی ہے پانچ پانچ دس دس روپیے گرائی کر کے بھوکتے سو روپیہ کے پاس انہوں نے دے دیا آ بینیفٹ ہوگا تو انہیں تو ذمہ داریاں کہنی ہیں تھی آ نہیں کہتے تھی آ نہیں کہتے تھی آ نہیں کہتے تھی ای نہیں کرتے تھی وہ نہیں کرتے جڑا کہ جنم تو گردی دے کے قبر تک جا کے ارداس کر نال کہنا کی ہے یہ شانتی دے سورگا پہنچائی جب جنم ہوتا تیرواں ہوتا تو تیرواں تے ارداس کر جاتا وہ کہتا ہے بچہ جڑا ماتا پتا آگیا کری ہوے لائق ہوے اس قوم کی سیوا کرنے والا ہوے اور ودیا پٹ والا ہوے اپنے جیون کے بلدیاں چھوے اور رب کا بڑا پیارا ہو ادھر نرسن کر دو تو وہ جب کتنے باہر بھی چلے جائے وہ کہتا سارے پنڈ کا بابا ہے اتنے وہ گردوارے رہتا ہے وہ سارے پاٹھ کرتا میری گلیں ہے کہ ہوتا بہت سنی ہے کہ کسی کو چنگیاں بھی لگتی کسی ماڑیاں بھی لگتی پر وہ بینیفٹ کہڑے نہ بابے نے جانے ہیں وہ مینو بھی پتا تھوڑا بھی پتا اس کر کے اور زور اپیل ہے کہ اپنے آپ کو سمجھنے کی کوشش کریے سارے ایک نہیں ذمہ داری نہیں سو پیار والے آ جاؤ یہ آپ گلا کیونکہ بہت جدہ کیلے کو دیکھی جاؤ وہ پت نکلتا ہی جاتا وہ ہٹن نہیں ہوں اسی قوم نے کام کرتے ہیں اور کیتا اور اج نہیں کیتا چھ پیڑیاں کرتے چھ پیڑیاں اج نہیں کیتا کورٹ کے ساتھ بن گئے اور نہ بن گئے تو اسٹیج پہ بہ گئے اسی ایں کیتا جی اسی اوں کیتا جی اسی آ کیتا جی ایویں ہم لوگ پروٹ کے جب روٹی نہ ملی تو ڈیری جا کے بہ گئے سانتے آئیے اِسی کدھر کے کام نہیں کیتے اسی وہ کام کیتے ہیں جڑے لوڑ سی لوگوں اور اس ویلے کیتے ہیں جب اس لپائی کی کوئی باہ نہیں پڑتا سر نفرت بڑی سی بہت نفرت سی تو اس ویلے گرو گرنتھ صاحب گھر میں رکھ رکھ کے گردوارے ہے نہیں سی پیسہ ہے نہیں سی اور کی سو روپیے کے اتنے اٹھ اٹھ دن اپنے باڑی بڑی والی دس دس دن پندرہ پندرہ دن رات دن اتنے رہنا یہ لوگوں نے سچیت کیا گرو رداس مہاراج پرتی گرو رداس مہاراج پرتی گربانی پرتی لوگوں نے سچیت کیا اور لوگوں نے نام دان ونڈیا گربانی ونڈی گربانی کا مشن ونڈیا گرو رداس جی کا مشن ونڈیا تو انہوں کا مل جا پہنتا مجھے پتا کی پہنتا جڑے پاؤن والے وہ سب کو پتا کون ہے سسواد کے یہ رب کے پیارے ہیں یہاں کے جڑے رہنے چنگی گل ہے یہ سارا پتا ہے کیونکہ میں ایک گل تمہیں انٹ کے کہنا ہے جتنے سارے رہبر سارے ستکار لوگ ہے پر لیکن انہوں نے پد چنہ سے چلنا بڑا ضروری ہوگا سانو بھی چلنا چاہیے تھوڑا بھی چلنا چاہیے یہ نہیں ہے اج اسی کسی کو لفٹ دینا ہے وہ کل سارے لفٹ لے کے بہ جاتا ہے گا ہوائی جہاز سے ہوائی جہاز جا کے پھر جب پہنچتا ویٹا تو بس جی ہوں بک ہے تو بس جی باجی ہوں بس میں آ گیا ٹھیک ٹھاک اور کوئی گل نہیں وہ گل نہیں ہم کرنی جیون سکون بڑے ٹھنڈ بڑے
ਸਵਾਦ ਆਵੇ ਥੋੜ੍ਹਾ ਆਨੰਦ
ਆਵੇ ਮਨ ਨੂੰ ਠੰਡ ਹੋਵੇ ਮਨ ਹੌਲਾ ਹੋਵੇ ਕਿ ਅਸੀਂ ਕੀ ਕੀਤਾ ਔਰ ਸਾਡੇ ਨਾਲ ਕੀ ਹੋ ਰਿਹਾ ਅਸੀਂ ਕੀ ਕੀਤਾ ਸਾਡੇ ਨਾਲ ਕੀ ਹੋ ਰਿਹਾ ਇਹ ਸਾਰੀਆਂ ਗੱਲਾਂ ਨੇੜੇ ਕਰਕੇ ਆਪਾਂ ਕਹਿੰਦਾ ਉਹਦਾ ਖਜ਼ਾਨਾ ਬਣਾ ਕੇ ਤੁਰੀਏ ਤਾਂ ਕਿ ਜਿਹੜੀ ਇਹ ਸਾਡੀ ਨਿਮਾਣੀ ਜਿਹੜੀ ਸਾਡੀ ਲਤਾੜੀ ਉਹ ਕੌਮ ਹੈ ਜਿਹੜੀ ਸਾਡੀ ਆਪਣੇ ਇੱਲੀ ਪਿੱਛੇ ਜਾਤੋਂ ਦੀ ਕੌਮ ਹੈ ਉਹਨੂੰ ਹੋਰ ਵੀ ਚੰਗਾ ਕੋਈ ਸੁੰਦਰ ਰਸਤਾ ਮਿਲ ਸਕੇ ਜੀਵਨ ਦੇ ਅੰਦਰ ਸਭ ਤੋਂ ਵੱਡਾ ਸਤਸੰਗੀ ਪਰਮੇਸ਼ਵਰ ਦਾ ਨਾਮ ਹੈ ਜਿਹੜਾ ਸੰਤ ਚਰਨ ਦਾ ਜੀ ਆਪ ਜਪਿਆ ਅਤੇ ਸੰਤਾਂ ਨੂੰ ਜਪਾਇਆ ਆਪ ਜਪਿਆ ਔਰ ਨਾਮ ਜਪਾਇਆ ਆਪ ਜਪਦੇ ਨੇ ਦੂਜਿਆਂ ਨੂੰ ਜਪਾਉਂਦੇ ਨੇ ਉਹਨਾਂ ਦਾ ਜੀਵਨ ਸੰਸਾਰ ਦੇ ਵਿੱਚ ਸਫਲ ਹੈ ਅੱਜ ਮੈਂ ਇਹਨਾਂ ਸ਼ਬਦਾਂ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੰਪਰਦਾ ਸੁਸਾਇਟੀ ਰਜਿਸਟਰ ਪੰਜਾਬ ਵੱਲੋਂ ਸੰਤ ਬਾਬਾ ਚਰਨਦਾਸ ਮਹਾਰਾਜ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਸਾਡੇ ਨਾਲ ਤਾਂ ਸਾਧ ਸੰਗਤ ਜੀ ਹੁਣ ਅਸੀਂ ਇੱਥੇ ਚਲੇ ਜਾਣਾ ਦਾ ਸਿੰਘ ਸਿੰਘ ਦੇ ਚਾਰ ਭੂਮਿਕਾ ਰਹਿਣਾ ਅਤੇ ਇਹੀ ਗੱਲਾਂ ਚਲੀ ਗਈਆਂ ਸਾਨੂੰ ਪਤਾ ਜਿਹੜੇ ਸਾਡੇ ਫੋਨ ਆ ਹੁਣ ਇਹ ਇੰਟਰਨੈਟ ਦੇ ਬੈਠੇ ਨਾ ਸਾਰੇ ਉੱਥੇ ਉਹ ਦੇਖਦੇ ਰਹਿੰਦੇ ਕੀ ਹੋ ਰਿਹਾ ਪੰਜਾਬ 'ਚ ਕੀ ਹੋ ਰਿਹਾ ਉਹ ਮੈਂ ਗੱਲੀ ਗੱਲੀ ਗੱਲ ਨੋਟ ਕਰਕੇ ਰੱਖ ਲਿਆ ਅਤੇ ਜਦੋਂ ਉੱਥੇ ਅਨਾਊਂਸ ਕਰ ਦਿੰਦੇ ਗੁਰਦੁਆਰੇ ਪਹਿਲਾਂ ਵੀ ਫਲਾਣੇ ਪਿੰਡ ਤੋਂ ਜਾਂ ਫਲਾਣੇ ਡੇਰੇ ਤੋਂ ਸੰਤਾ ਰਹੇ ਤਾਂ ਸਾਰੀਆਂ ਗੱਲਾਂ ਹਨ ਲਿਖ ਕੇ ਨੋਟ ਕਰਕੇ ਸਾਡੇ ਨਾਲ ਹੁੰਦੀਆਂ ਰਹਿੰਦੀਆਂ ਉਹਨਾਂ ਨੇ ਵੀ ਰਾਤ ਨੂੰ ਹੋਣਾ ਕੰਮ ਬਾਰ ਵਿਹਲੇ ਹੋ ਗਏ ਤਾਂ ਫਿਰ ਉਹ ਸਾਰੀਆਂ ਹੀ ਗੱਲਾਂ ਸਾਡੇ ਨਾਲ ਕਰਦੇ ਆ ਅਤੇ ਸਾਰਿਆਂ ਦੇ ਵਿਚਾਰ ਸੁਣਦੇ ਆ ਮੇਰਾ ਕਹਿਣ ਦਾ ਭਾਵ ਆ ਵੀ ਆਪਾਂ ਨਾ ਹੰਬੜਾ ਵਾਰੀਏ ਦੂਸੋ ਪੁੱਛਣਾ ਇਮਾਨਦਾਰੀ ਨਾਲ ਇਮਾਨਦਾਰੀ ਸੋ ਸਤਸੰਗ ਜੀ ਸੰਤ ਬਾਬਾ ਚਰਨਦਾਸ ਮਹਾਰਾਜ ਜਿਹਨਾਂ ਨੇ ਬੜੀ ਇਮਾਨਦਾਰੀ ਨਾਲ ਸੇਵਾ ਕੀਤੀ ਹੈ ਧੰਨਵਾਦ ਜੀ ਬਾਬਾ ਹਰੀਦਾਸ ਮਹਾਰਾਜ ਦੇ ਜਿਹਨਾਂ ਦੇ ਡੇਰੇ ਉੱਤੇ ਇਹੋ ਜਿਹਾ ਮਹਾਂਪੁਰਖ ਆਏ ਧੰਨਵਾਦ ਹੈ ਚੇਅਰਮੈਨ ਸਾਹਿਬ ਬਾਬਾ ਸਰਗੁਰਦਾਸ ਜੀ ਜਿਹੜੀ ਸਾਡੀ ਅਗਵਾਈ ਕਰ ਰਹੇ ਨੇ ਸਾਰਿਆਂ ਦਾ ਧੰਨਵਾਦ ਆਓ ਬਚਪਨ ਖੇਮਾਂ ਦੇ ਬਜ ਗਿਆ ਕੋ ਸਤਨਾਮ ਸ੍ਰੀ ਵਾਹਿਗੁਰੂ ਬੋਲੇ ਸੁੰਦਰ ਪਹਿ ਸ੍ਰੀ ਗੁਰਦਾਸ ਮਹਾਰਾਜ ਦੀ ਜੈ ਸ਼੍ਰੀ ਗੁਰਦਾਸ ਨੌਂ ਸੰਤ ਚਮਨਦਾਸ ਜੀ ਮੇਟਿਆਣਾ ਤੋਂ ਸੰਤ ਬ੍ਰਹਮ ਦਾਸ ਜੀ ਚੂਹੇਗੀ ਤੋਂ ਸੰਤ ਡਾਕਟਰ ਦਾਸ ਜੀ ਹਿਮਾਚਲ ਤੋਂ ਸੰਤ ਮਨਜੀਤ ਦਾਸ ਜੀ ਦੇਵੀਗੜ੍ਹ ਪਟਿਆਲਾ ਤੋਂ ਸੰਤ ਓਮ ਪ੍ਰਕਾਸ਼ ਗਿਰਿਆ ਤੋਂ ਕੇਰੂ ਰਾਮ ਜੀ ਗੰਗਾ ਤੋਂ ਸੰਤ ਰਵਿੰਦਰ ਦਾਸ ਜੀ ਨਵਾਂ ਸ਼ਹਿਰ ਤੋਂ ਸੰਤ ਰਵਿੰਦਰ ਦਾਸ ਜੀ ਸੈਲਾਪੁਰ ਤੋਂ ਸੰਤ ਰਾਜਗਿਰੀ ਜੀ ਹਰਦੁਆਰ ਤੋਂ ਸੰਤ ਬਲਵੀਰ ਦਾਸ ਜੀ ਰਾਮ ਤੋਂ ਸੰਤ ਲਾਲ ਦਾਸ ਜੀ ਪਿਆਲਾ ਤੋਂ ਸੰਤ ਜਸਵੰਤ ਦਾਸ ਰਾਵਤ ਪਿੰਡੀ ਤੋਂ ਸੰਤ ਸ਼ਾਮ ਦਾਸ ਜੀ ਢੇਰਾ ਕੁੰਡ ਤੋਂ ਸੰਤ ਸਤਨਾਮ ਸਿੰਘ ਜੀ ਪੰਡੋਰੀ ਲੱਦਾ ਸਿੰਘ ਸੰਤ ਹਰਪ੍ਰੀਤ ਹਰੀ ਡੇਰਾ ਮਾਸਤਗੜ੍ਹ ਦੱਲਾ ਸੰਤ ਸੁਖਦੇਵ ਸਿੰਘ ਜੀ ਸੰਤ ਸੁਖਦੇਵ ਦਾਸ ਜੀ ਚੱਕਲਾ ਸੰਤ ਮੋਹ ਦਾਸ ਜੀ ਬਿੰਜੋ ਸੰਤ ਹਾਕਮ ਦਾਸ ਜੀ ਸੰਧਵਾ ਸੰਤ ਪ੍ਰਕਾਸ਼ ਸਿੰਘ ਜੀ ਬਿੰਜੋ ਅਤੇ ਸੰਤ ਬਾਬਾ ਜਗਦੀਸ਼ ਜੀ ਜੇਠੂ ਬਜ਼ਾਰਾ ਤੋਂ ਹੋਰ ਵੀ ਮਹਾਂਪੁਰਸ਼ ਆਏ ਨੇ ਉਹਨਾਂ ਦਾ ਵੀ ਕੋਟਾ ਕੋਟ ਧੰਨਵਾਦ ਸੰਤ ਬਾਬਾ ਮੋਹਦਾਸ ਜੀ ਦੱਖਣ ਪਾਲਾ ਤੋਂ ਵੀ ਆਏ ਨੇ ਸਾਰਿਆਂ ਦਾ ਹੀ ਮਹਾਂਪੁਰਸ਼ਾਂ ਦਾ ਡੇਰੇ ਤੋਂ ਕੋਟਾ ਕੋਟ ਧੰਨਵਾਦ ਹੈ ਸਟੇਜ ਹੁਣ ਚੱਲੀ ਜਾਵੇਗੀ ਔਰ ਸੰਤਾਂ ਨੂੰ ਪ੍ਰਵਚਨ ਕਰਨ ਵਾਸਤੇ ਸਮਾਂ ਲੈਣਾ ਕਰੀ ਨਾ ਤੂੰ ਕਾਗਿਰ ਨੂੰ ਇਹ ਜਨਤਾ ਹਾਰੇ ਇਹ ਕਰੀ
ਸ਼ੋਰੀਏ ਬੰਦਾ ਹੋਰ ਕਹਿਣ ਲੱਗੇ ਸ਼ੋਰੀਏ ਬਾਬਾ ਜੀ ਨਹੀਂ ਇੱਕ ਉਸਤਾਈ ਆਂਦਾ ਸੋਲਰ ਸਾਡ ਸਾਡਾ ਦੀ ਗੱਲ ਕਰ ਜਾ ਰਿਹਾ ਕੀ ਲਿਖਿਆ ਸੋ ਬੜੇ ਪਿਆਰ ਦੀ ਹਾਜ਼ਰੀ ਲਵਾਣੀ ਸਾਧੂ ਹੁੰਦੇ ਰੱਬ ਨੂੰ ਰੱਬ ਕੋਲ